ਕਿਸਾਨੀ ਅੰਦੋਲਨ ਨੂੰ ਲੈ ਕੇ ਹੁਣ ਲਗਾਤਾਰ ਲੋਕਾਂ ਦੀ ਖੱਜਲ ਖੁਆਰੀ ਤਾਂ ਹੋ ਰਹੀ ਹੈ, ਲੇਕਿਨ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਚਰਮੇੜੀ ਜਿਹੜਾ ਪੰਜਾਬ ਚੰਡੀਗੜ੍ਹ ਡੇਰਾਬੱਸੀ ਦਾ ਰੋਡ ਹੈ, ਲਾਲੜੂ ਦੇ ਨਾਲ ਬਿਲਕੁਲ ਜਿਹੜਾ ਅੰਬਾਲਾ ਬਾਰਡਰ ਸ਼ੁਰੂ ਹੁੰਦਾ, ਉੱਥੇ ਪੂਰੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ, ਪੂਰੇ ਪੱਕੀ ਬੈਰੀਕੇਟਿੰਗ ਕੀਤੀ ਹੋਈ ਹੈ। ਹਾਲਾਂਕਿ ਜਿਹੜੇ ਲੋਕ ਨੇ ਉਹ ਪੈਦਲ ਹੁਣ ਕ੍ਰੋਸ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਗੱਡੀਆਂ ਬਿਲਕੁਲ ਹੀ ਬੰਦ ਕਰ ਦਿੱਤੀ ਗਈ ਹੈ ਔਰ ਐਕਸਟਰਾ ਪੈਰਾਮਿਲਟਰੀ ਫੋਰਸਿਸ ਵੀ ਇੱਥੇ ਲਾ ਦਿੱਤੀ ਗਈ ਹੈ। ਹਾਲਾਂਕਿ ਲੋਕਾਂ ਦੀ ਖੱਜਲ ਖਵਾਰੀ ਤਾਂ ਜ਼ਰੂਰ ਹੈ, ਲੇਕਿਨ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਪੁਖਤਾ ਇੰਤਜ਼ਾਮ ਨੇ ਇੱਥੇ ਪੱਕੇ ਬੈਰੀਕੇਟਿੰਗ ਲਾ ਕੇ, ਯਾਨੀ ਕਿ ਪੱਥਰਾਂ ਦੇ ਇੱਥੇ ਬੈਰੀਕੇਟਿੰਗ ਲਾ ਕੇ ਪੂਰਾ ਇੰਤਜ਼ਾਮ ਕੀਤਾ ਹੋਇਆ, ਕਿਸੇ ਨੂੰ ਵੀ ਹੁਣ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਹੈ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਪੰਜਾਬ ਪੁਲਿਸ ਦੀ, ਤਾਂ ਪੰਜਾਬ ਪੁਲਿਸ ਵੱਲੋਂ ਵੀ ਪਿੱਛੇ ਹੀ ਲੋਕਾਂ ਨੂੰ ਰੋਕਿਆ ਜਾ ਰਿਹਾ। ਅਲਟਰਨੇਟ ਰੂਟ ਦੱਸਿਆ ਜਾ ਰਿਹਾ ਕਿ ਪੰਚਕੂਲਾ ਬਰਵਾਲਾ ਹੁੰਦੇ ਹੋਏ ਯਮੁਨਾਨਗਰ ਰੋਡ 'ਤੇ ਹੀ ਤੁਸੀਂ ਜਾ ਸਕਦੇ ਹੋ। ਇਸ ਪਾਸੇ ਪੂਰਾ ਰੋਡ ਬਲੌਕ ਕੀਤਾ ਗਿਆ ਹੈ ਔਰ ਪੂਰੀ ਇੱਥੇ ਇਹ ਜਿਹੜਾ ਰੋਡ ਹੈ ਇਸ ਨੂੰ ਪੂਰੀ ਪਰਕੀ ਬੈਰੀਕੇਟਿੰਗ ਦੇ ਨਾਲ ਬੰਦ ਕਰ ਦਿੱਤਾ ਗਿਆ, ਯਾਨੀ ਕਿ ਇਹ ਪੂਰਾ ਹਾਈਵੇ ਜਿਹੜਾ ਉਹ ਬੰਦ ਕੀਤਾ ਹੋਇਆ ਕਿਸਾਨੀ ਅੰਦੋਲਨ ਨੂੰ ਵੇਖਦੇ ਹੋਏ। ਲਗਾਤਾਰ ਮੀਟਿੰਗਸ ਦਾ ਦੌਰ, ਸੀਨੀਅਰ ਅਫਸਰਾਂ ਵੱਲੋਂ ਵੀ ਜਿਹੜੀ ਮੀਟਿੰਗਸ ਦਾ ਦੌਰ ਹੈ ਉਹ ਲਗਾਤਾਰ ਜਾਰੀ ਹੈ। ਲੋਕਾਂ ਦੀ ਖੱਜਲ ਖੁਆਰੀ ਦੀ ਗੱਲ ਕਰ ਲਈਏ, ਦੋਵੇਂ ਪਾਸੇ ਰੋਡਸ ਬੰਦ ਹੈ, ਯਾਨੀ ਕਿ ਐਂਟਰੀ ਵੀ ਅਤੇ ਐਗਜ਼ਿਟ ਵੀ ਦੋਵੇਂ ਪਾਸੇ ਇਹ ਰੋਡ ਨੂੰ ਬੰਦ ਕੀਤਾ ਹੋਇਆ। ਪਿੱਛੋਂ ਹੀ ਡੇਰਾਬੱਸੀ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਦੱਪਰ ਟੋਲ ਪਲਾਜ਼ਾ ਦੀ ਅਸੀਂ ਗੱਲ ਕਰ ਲਈਏ, ਉੱਥੇ ਪੂਰੀ ਬੈਰੀਕੇਟਿੰਗ ਕਰਕੇ ਲੋਕਾਂ ਨੂੰ ਰੋਕਿਆ ਜਾ ਰਿਹਾ, ਕਿਉਂਕਿ ਅੱਗੇ ਜਾਣ ਦੀ ਬਿਲਕੁਲ ਪੂਰਾ ਰੋਡ ਕਲੋਜ਼ ਹੈ, ਇਸ ਕਰਕੇ ਪਿੱਛੇ ਹੀ ਉਹਨਾਂ ਨੂੰ ਲੋਕਾਂ ਨੂੰ ਰੋਕਿਆ ਜਾ ਰਿਹਾ। ਅਤੇ ਦੂਜਾ ਡਿਵਰਜਨ ਦੀ ਗੱਲ ਜ਼ਰੂਰ ਕੀਤੀ ਜਾ ਰਹੀ ਹੈ ਔਰ ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਨਾਲ ਨਾਲ ਹਰਿਆਣਾ ਪੁਲਿਸ ਦੇ ਨਾਲ ਨਾਲ ਇੱਥੇ ਪੂਰਾ ਬੈਰੀਕੇਟਿੰਗ ਕਰਕੇ ਐਕਸਟਰਾ ਪੈਰਾਮਿਲਟਰੀ ਫੋਰਸਿਸ ਜਿਹੜੀ ਹੈ ਉਹ ਲਾਈ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਪੂਰਾ ਪੁਖਤਾ ਇੰਤਜ਼ਾਮ ਕਰਨ ਤੋਂ ਬਾਅਦ ਐਕਸਟਰਾ ਪੈਰਾਮਿਲਟਰੀ ਫੋਰਸਿਸ ਜਿਹੜੀ ਹੈ ਉਹ ਲਾਈ ਗਈ ਹੈ ਔਰ ਪੁਲਿਸ ਵੱਲੋਂ DGP ਹਰਿਆਣਾ ਵੱਲੋਂ ਸਾਫ਼ ਤੌਰ 'ਤੇ ਜਾਣਕਾਰੀ ਦਿੱਤੀ ਗਈ ਸੀ ਕਿ ਸਾਡਾ ਇੰਤਜ਼ਾਮ ਪੂਰਾ ਹੈ, ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਪੂਰੇ ਅਸੀਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਸੀਨੀਅਰ ਅਫਸਰ ਵੀ ਇੱਥੇ ਮੌਕੇ 'ਤੇ ਮੌਜੂਦ ਨੇ, ਕਿਉਂਕਿ ਬੜਾ ਕਲੀਅਰ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਏਗਾ। ਹਰਿਆਣਾ ਪੁਲਿਸ ਦੇ ਨਾਲ ਨਾਲ ਜਿਹੜੇ ਐਕਸਟਰਾ ਪੈਰਾਮਿਲਟਰੀ ਫੋਰਸਿਸ ਹੈ, ਕੋਆਰਡੀਨੇਸ਼ਨ ਮੀਟਿੰਗਸ ਉਹ ਵੀ ਕੀਤੀ ਜਾ ਰਹੀ ਹੈ ਦੋਵੇਂ ਪਾਸੇ, ਐਂਟਰੀ ਵੀ ਅਤੇ ਐਗਜ਼ਿਟ ਵੀ ਦੋਵੇਂ ਪਾਸੇ ਇਹ ਪੂਰਾ ਰੋਡ ਬਲੌਕ ਕਰਕੇ ਲੋਕਾਂ ਨੂੰ ਪਹਿਲਾਂ ਹੀ ਇਸ ਤੋਂ ਪਹਿਲਾਂ ਹੀ ਰੋਡ ਬਲੌਕ ਕਰਕੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪੂਰਾ ਬੰਦ ਕੀਤਾ ਜਾਵੇ। ਹਾਲਾਂਕਿ ਅੱਗੇ ਨਾ ਵੱਧ ਸਕੇ ਹਰਿਆਣਾ ਬਾਰਡਰ, ਜਿੰਨੇ ਵੀ ਹਰਿਆਣਾ ਬਾਰਡਰ ਜੇ ਅਸੀਂ ਗੱਲ ਕਰ ਲਈਏ, ਜਿੰਨੇ ਵੀ ਹਰਿਆਣਾ ਬਾਰਡਰ ਲੱਗਦੇ ਆ ਉੱਥੇ ਸਾਰੇ ਜਿਹੜੇ ਰੋਡ ਹੈ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ। ਹਾਲਾਂਕਿ ਦੂਜੇ ਪਾਸੇ ਕਿਸਾਨਾਂ ਦੀ ਵੀ ਪੂਰੀ ਤਿਆਰੀ ਹੈ, ਉਹਨਾਂ ਵੱਲੋਂ ਵੀ ਪੂਰੀ ਤਿਆਰੀ ਕੀਤੀ ਗਈ ਹੈ ਕਿ ਹਾਲਾਂਕਿ ਲੋਕ ਜਿਹੜੇ ਹੈ ਉਹ ਪੈਦਲ ਜ਼ਰੂਰ ਕੋਸ਼ਿਸ਼ ਕਰ ਰਹੇ ਹੈ ਇੱਥੇ ਕ੍ਰੋਸ ਕਰਨ ਦੀ। ਕਹਾਂ ਸੇ ਆ ਰਹੇ ਹੋ? ਕਈ ਲੋਕ ਸਟੂਡੈਂਟਸ ਨੇ ਪੇਪਰ ਦੇਣ ਇੱਥੇ ਪਹੁੰਚੇ ਹੋਏ ਨੇ, ਲੋਕਾਂ ਦੀ ਖੱਜਲ ਖਵਾਰੀ ਜ਼ਰੂਰ ਹੈ। ਸਰ ਤੁਸੀਂ ਵੀ ਤੁਸੀਂ ਜਾਣਾ ਹੈ ਕ੍ਰੋਸ ਕਰਨਾ ਜਾਂ ਤੁਸੀਂ ਇੱਥੇ ਕੰਮ ਕਰ ਰਹੇ ਹੋ? ਨਾ, ਕੰਮ ਨਹੀਂ ਕਰ ਰਹੇ। ਅੱਛਾ, ਤੁਸੀਂ ਜਾਣਾ? ਅੱਗੇ ਜਾਣਾ ਥਾ? ਕਿੱਥੇ ਜਾਣਾ? ਬੜਾ ਜਾਣਾ ਥਾ? ਅੱਗੇ ਤਾਂ ਪੂਰਾ ਬੰਦ ਹੈ। ਬੰਦ ਹੈ, ਜਾਣ ਨਹੀਂ ਦਿੰਦੇ। ਕੋਈ ਰੂਟ ਜਿਹੜਾ ਹੈਗਾ ਉਹ ਦੱਸਿਆ? ਕੋਈ ਰੂਟ ਨਾ ਦੱਸਿਆ? ਕੋਈ ਦੱਸਿਆ? ਬਾਜੀ ਬੰਦ ਕਰਿਆ ਵਾ ਜੀ ਸਾਰਾ ਰੂਟ? ਅਸੀਂ ਅੰਬਾਲਾ ਜਾਣਾ ਜੀ। ਕਿੱਥੋਂ ਜਾਓਗੇ? ਜਿਹੜਾ ਵੀ ਹੈ ਰਸਤਾ ਬੰਦ ਕਰਿਆ ਵਾ ਪਹਿਲੀ ਵਾਰ ਪਤਾ ਲੱਗਿਆ ਅੱਜ, ਹੋਰ ਬਿਲਕੁਲ ਬੰਦ ਸਮਝਦੇ ਹੁਣ ਤਾਂ ਪੈਦਲ ਮਾੜੇ ਮੋਟੇ। ਠੀਕ ਹੈ। ਹਾਲਾਂਕਿ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਜਿਹੜੇ ਇੱਥੇ ਆਫਿਸਰ ਪਹੁੰਚੇ ਹੋਏ ਨੇ ਉਹ ਵੀ ਪੂਰੇ ਇੰਤਜ਼ਾਮ ਕਰਦੇ ਹੋਏ ਨਜ਼ਰ ਆ ਰਹੇ ਨੇ। ਪੂਰੀ ਕਰੇਨ ਲਾ ਕੇ ਇੱਥੇ ਜਿਹੜਾ ਉਹ ਲੋਕਾਂ ਨੂੰ ਸਾਫ਼ ਤੌਰ 'ਤੇ ਇੱਥੋਂ ਵੀ ਜਾਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਹੈ, ਲੋਕਾਂ ਨੂੰ ਇੱਥੇ ਵਾਪਸ ਮੋੜਿਆ ਜਾ ਰਿਹਾ, ਕਿਉਂਕਿ ਜੋ ਬੰਦੇ ਪਿੰਡ ਦੇ ਵਿੱਚ ਹੋ ਕੇ ਆ ਰਹੇ ਉਹਨਾਂ ਨੂੰ ਵੀ ਹੁਣ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਇੱਥੇ ਪੂਰੀ
ਤਸਵੀਰਾਂ ਦੇਖੋ, ਪੱਕੀ ਬੈਰੀਕੇਟਿੰਗ ਕਰਕੇ, ਯਾਨੀ ਕਿ ਪੂਰਾ ਪੱਥਰਾਂ ਦੀ ਪੂਰੀ ਬੈਰੀਕੇਟਿੰਗ ਕਰਕੇ ਇੱਥੇ ਰੋਕਿਆ ਗਿਆ। ਕਰੇਨਾ ਇੱਥੇ ਲਾਈ ਗਈ ਹੈ ਔਰ ਇਹ ਪੂਰਾ ਹਾਈਵੇ ਹੈ, ਜੇ ਆਪਾਂ ਗੱਲ ਕਰੀਏ ਪੂਰਾ ਹਾਈਵੇ ਹੈ, ਇਸ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ। ਅਤੇ ਤਸਵੀਰਾਂ ਲਗਾਤਾਰ ਕਿਸਾਨੀ ਅੰਦੋਲਨ ਨੂੰ ਵੇਖਦੇ ਹੋਏ, ਜਿਸ ਤਰ੍ਹਾਂ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਸਾਹਮਣੇ ਆ ਰਹੀਆਂ, ਲੋਕਾਂ ਨੂੰ ਕਾਫੀ ਪਰੇਸ਼ਾਨੀ ਪੇਸ਼ ਆ ਰਹੀ ਹੈ, ਜਿਸ ਕਰਕੇ ਇੰਤਜ਼ਾਮ ਪੁਲਿਸ ਦਾ ਪੂਰਾ ਹੈ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਕਿਸਾਨਾਂ ਦਾ ਵੀ ਸਾਫ਼ ਤੌਰ 'ਤੇ ਕਹਿਣਾ ਹੈ ਕਿ ਪੂਰਾ ਇੰਤਜ਼ਾਮ ਜਿਹੜਾ ਸਾਡਾ ਹੈਗਾ ਅਤੇ ਅਸੀਂ ਪਹੁੰਚਾਂਗੇ। ਹਰਿਆਣਾ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਰਿਜੇਡਿੰਗ ਪੰਜਾਬ।